ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ 1984 ਸਿੱਖ ਜੈਨੋਸਾਈਡ ਨੂੰ ਲੈ ਕੇ, ਔਰ ਜਿਹੜੀ ਗੱਲ ਹੁਣ ਸੁਣਨ ਨੂੰ ਮਿਲ ਰਹੀ ਹੈ ਕਿ ਜੀ 11 ਸਤੰਬਰ ਨੂੰ ਫਾਸਟ ਟਰੈਕ ਕੋਰਟ ਜਿਹੜਾ ਹੁਣ ਇਸ ਮੁਤਲਕ ਆਪਣੇ ਦਲੀਲਾਂ ਰੱਖੇਗਾ ਔਰ ਸੁਣਵਾਈ ਜਿਹੜੀ ਹੈ ਹੁਣ ਹੋਏਗੀ। ਇਹ ਵੀ ਸੁਣਨ 'ਚ ਆਈ ਸੀਗੀ ਖਬਰ ਕਿ ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਦੇ ਉੱਤੇ FIR ਦਰਜ ਹੋਈ ਹੈ ਇਸ ਮੁਤਲਕ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀ FIR ਉਹਨਾਂ ਦੇ ਉੱਤੇ ਦਰਜ ਹੋਈ ਹੈ ਔਰ ਇਸ ਮੁਤਲਕ ਉਹ ਕੀ ਕਹਿਣਾ ਚਾਹੁੰਦੇ ਨੇ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਖੁਦ ਆਪ ਮਨਜੀਤ ਸਿੰਘ ਜੀ ਕੇ। ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਇਸ ਮੁਤਲਕ ਸਭ ਤੋਂ ਪਹਿਲਾਂ। ਜੀ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਮਨਜੀਤ ਸਿੰਘ ਜੀ ਕੇ ਜੀ। ਮੈਦਾਨਾਂ ਤੇ ਉਹਨੇ ਆਖਿਆ ਸੀਗਾ ਕਿ ਜੇ ਬੜਾ ਪੇੜ ਗਿਰਦਾ ਜੀ ਤਾਂ ਧਰਤੀ ਹਿਲਦੀ ਹੈ ਜੀ। ਸਿਚੁਏਸ਼ਨ ਇਹ ਹੈ, ਉਸ ਤੋਂ ਬਾਅਦ ਨਾ ਕੋਈ FIR ਨਾ ਕੋਈ ਮੁਕਦਮੇ ਜੀ। 10 ਕਮਿਸ਼ਨ ਤੇ ਕਮੇਟੀਆਂ ਤੋਂ ਬਾਅਦ ਮੁਕਦਮੇ ਰਜਿਸਟਰ ਹੁੰਦੇ ਨੇ, ਕਈ ਸਾਲਾਂ ਬਾਅਦ ਜੀ ਗਵਾਹ ਮਰ ਚੁੱਕੇ ਨੇ, ਦਾਖਲ ਮਰ ਚੁੱਕੇ ਨੇ ਜੀ। ਹੁਣ ਜਿਹੜੇ ਬੱਚੇ ਖੁੱਚੇ ਰਹਿ ਗਏ ਨੇ ਜੀ, ਉਹਨੂੰ ਆਵਾਜ਼ ਅਗਰ ਚੁੱਕੀ ਹੈ ਜੀ, ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਜਦੋਂ 2013 ਸਾਡੇ ਕੋਲ ਆਈ ਹੈ, ਅਸੀਂ ਇਹਨਾਂ ਕੇਸਾਂ ਨੂੰ ਬੜੇ ਤਕੜੇ ਹੋ ਕੇ ਲਿਆ ਔਰ ਇਹ ਕਿਤੇ ਨਾ ਕਿਤੇ ਫਸਦੇ ਨਜ਼ਰ ਆਉਂਦੇ ਜੀ। ਅੱਜ ਇਹਨਾਂ ਦੀ ਸਰਕਾਰ ਨਹੀਂ ਹੈ, ਉਦਾਂ ਪਹਿਲੇ ਤਾਂ ਸਾਨੂੰ ਬਹੁਤ ਧਮਕੀਆਂ ਮਿਲਦੀਆਂ ਰਹੀਆਂ। 2009 ਚ ਜਦੋਂ ਸੱਜਣ ਦੇ ਟਾਈਟਲ ਦੀ ਟਿਕਟ ਕਟਾਈ ਸੀ ਜੀ, ਹਰ ਕਿਸਮ ਦੀ ਧਮਕੀ ਇਹਨਾਂ ਨੇ ਦਿੱਤੀ ਸੀ, ਕੇਸ ਵੀ ਪਾਏ, NSA ਵੀ ਲੱਗੇ ਮਿਲ ਕੇ, ਬੰਦ ਕੇਸ ਵੀ ਜੀ। ਲੇਕਿਨ ਹੁਣ ਇਸ ਨੇ ਇੱਕ FIR ਦਰਜ ਕਰਾਈ ਹੈ ਹਫ਼ਤਾ ਪਹਿਲੇ, ਜਿਹੜੀ CD ਮੈਂ ਪੇਸ਼ ਕੀਤੀ ਸੀ, ਜਿਹਦੇ ਵਿੱਚ 100 ਸਿੱਖਾਂ ਦੇ ਮਾਰਨ ਦੀ ਗੱਲ ਸੀਗੀ ਜੀ, ਜਿਹਦੇ ਵਿੱਚ 150 ਕਰੋੜ ਰੁਪਏ ਦੇ ਫੰਡਸ ਦੀ ਗੱਲ ਕਰ ਰਿਹਾ ਸੀ, ਲੋਕੀ ਮਾਰ ਗਿਆ ਕੈਸ਼ ਮੇਰਾ, ਜਿਹਦੇ ਵਿੱਚ ਸਵਿਸ ਅਕਾਊਂਟ ਦੀ ਗੱਲ ਕਰਦਾ ਪਿਆ ਸੀ, ਮੇਰਾ ਸਵਿਸ ਅਕਾਊਂਟ ਹੈ ਮੇਰੇ ਪੁੱਤਰ ਦਾ ਜੀ, ਜਿਹਦੇ ਵਿੱਚ ਇਹ ਗੱਲ ਕਰ ਰਿਹਾ ਸੀਗਾ ਕਿ ਹਾਈਕੋਰਟ ਦੇ ਜੱਜ ਤਾਂ ਮੈਂ ਲਵਾਏ ਨੇ, ਮੇਰੇ ਖਿਲਾਫ਼ ਕਿਹਨਾਂ ਮੁਕਦਮਾ ਦੇਣਾ, ਕਾਂਗਰਸ ਦੇ ਰਾਜ ਇਹਨਾਂ ਦੀ ਅਪੁਆਇੰਟਮੈਂਟਾਂ ਕਰਾਈਆਂ ਸੀ ਜੀ, ਤੇ CD ਦੇ ਉੱਤੇ ਇਹਨੇ ਮੇਰੇ ਤੇ ਕੇਸ ਪਾਇਆ ਕਿ ਇਹ ਮਨਜੀਤ ਸਿੰਘ ਮੇਰੇ ਤੋਂ ਮਾਫ਼ੀ ਮੰਗੇ ਜੀ, ਆਪਣੇ ਵਾਪਸ ਲਵੇ ਜੀ, ਨਹੀਂ ਤੇ ਅੰਦਰ ਜਾਏਗਾ ਜੀ। ਮੈਂ ਸਮਝਦਾ ਕਿ ਇਹਨਾਂ ਦਾ ਮੋਟਿਵ ਸਪਰੈਡ ਜੀ, ਲੋਕਾਂ ਨੂੰ ਧਮਕਾ ਜੀ, ਇਹਦਾ ਜਵਾਬ ਦਿੱਤਾ ਕਿ ਮੈਂ ਕਿਸੇ ਕਿਸਮ ਦੀ ਜ਼ਮਾਨਤ ਨਹੀਂ ਲੈਣੀ ਜੀ, ਕਿਸੇ ਕਿਸਮ ਦੀ ਅਪੋਲੋਜੀ ਨਹੀਂ ਕਰਨੀ ਔਰ ਮੈਂ ਅੰਦਰ ਜਾਣ ਨੂੰ ਤਿਆਰ ਹਾਂ ਜੀ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਜਿਹੜੇ ਕਾਤਲ ਨੇ ਸੱਜਣ ਟਾਈਟਲ ਜਿਹੜੇ ਸਾਡੇ ਚੀਤੇ ਨੇ ਬਾਦਸ਼ਾਹ ਦੇ ਮਰ ਗਏ ਭਗਤ ਸਿੰਘ ਜੀ, ਇਹ ਅੱਜ ਵੀ ਖੁੱਲ੍ਹੇ ਬੜੇ ਫੁਰਦੇ ਨੇ, ਜਿਹੜਾ ਇਨਸਾਫ਼ ਮੰਗ ਰਿਹਾ ਉਹ ਅੰਦਰ ਜਾ ਰਿਹਾ। ਸੋ ਮੈਂ ਸਮਝਦਾ ਕਿ ਇਸ ਦੇ ਉੱਤੇ ਮੈਂ ਪੂਰੀ ਲੜਾਈ ਕਰਨ ਨੂੰ ਤਿਆਰ ਹਾਂ, ਕਿਸੇ ਕਿਸਮ ਦਾ ਇਹਨਾਂ ਦੀ ਧਮਕੀ ਤੋਂ ਕਿਸੇ ਕਿਸਮ ਦੇ ਡਰ ਚ ਨਹੀਂ ਹੈਗਾ ਔਰ ਮੈਨੂੰ ਅਗਰ ਇਹਦੇ ਲਈ ਜੇਲ੍ਹ ਜਾਣਾ ਪਿਆ ਮੈਂ ਜਾਵਾਂਗਾ, ਜ਼ਮਾਨਤ ਵੀ ਲਵਾਂਗਾ। ਅੱਛਾ ਜੀ ਕੇ ਜੀ, ਮੈਨੂੰ ਇੱਕ ਗੱਲ ਦੱਸੋ ਕੀ ਹੈ ਹੁਣ ਜਿਹੜਾ ਇਨਸਾਫ ਦੀ ਮੰਗ ਹੈ, ਜਿਹੜੀ ਹੈ ਲੜਾਈ ਹੈ, ਸਿਰਫ ਸ਼੍ਰੋਮਣੀ ਅਕਾਲੀ ਦਲ ਲੜ ਰਹੀ ਹੈ, ਜਿਹੜਾ ਸਿੱਖ ਡਾਇਸਪੋਰਾ ਜਿਹੜਾ ਬਾਹਰ ਬੈਠੇ ਹੈ ਉਹਨਾਂ ਦੀ ਵੱਖ ਵੱਖ ਐਸੋਸੀਏਸ਼ਨਸ ਹੈ, ਉਹਨਾਂ ਦੇ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਵੀ ਹਿੰਮਤ ਮਾਰੀ ਹੈ, ਜਿਸ ਕਰਕੇ ਹੁਣ ਇਹ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਜਿਹੜੀ ਆਵਾਜ਼ ਕ੍ਰੀਏਟ ਹੋਈ ਹੈ ਔਰ ਇਸ ਕਰਕੇ ਹੁਣ ਇਹ ਫੈਸਲਾ ਜਿਹੜਾ ਫਾਸਟ ਟਰੈਕ ਕੋਰਟ ਦਾ ਹੁਣ ਜਿਹੜੀ ਗੱਲ ਸਮਝ ਆ ਰਹੀ ਹੈ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਲੱਗਦਾ ਕਿ ਇਹਦਾ ਕ੍ਰੈਡਿਟ ਲੈਣ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਜਾਂ ਫਿਰ ਇੱਕ ਨਿਸ਼ਾਨ ਸਾਹਿਬ ਥੱਲੇ ਖੜੇ ਹੋਣ ਦੀ ਲੋੜ ਹੈ ਇਸ ਟਾਈਮ? ਦੇਖੋ ਇਸ ਗੱਲ ਨੂੰ ਜੀ ਸਮਝ ਲਓ, ਮੈਂ ਕਿਸੇ ਨੂੰ ਨਾ ਕ੍ਰਿਟੀਸਾਈਜ਼ ਕਰਦਾ ਨਾ ਉਹਦਾ ਕ੍ਰੈਡਿਟ ਲੈਣ ਦੀ ਗੱਲ ਕਰਦਾ ਵਾ ਜੀ। ਸਿਚੁਏਸ਼ਨ ਇਹ ਹੈ ਕਿ ਕਈ ਲੋਕੀ ਕਈ ਸੰਸਥਾਵਾਂ ਇਸ 'ਤੇ ਲੱਗਦੀਆਂ ਜੀ, ਲੇਕਿਨ ਅਸੀਂ ਆਪਣੇ ਕ੍ਰੈਡਿਟ ਦੱਸ ਸਕਦੇ ਨਾ, ਨਾਲੇ ਤੁਸੀਂ ਜਿਹੜੀ ਫਾਸਟ ਟਰੈਕ ਕੋਰਟ ਦੀ ਗੱਲ ਕਰ ਰਹੇ ਹੋ, ਬੈਨਾ ਫਰੀਦੂ ਫਾਸਟ ਟਰੈਕ ਕੋਰਟ ਤੋਂ ਤਾਂ ਨਹੀਂ ਸ਼ੁਰੂ ਹੋ ਰਹੀ, ਇਹ ਤੇ ਜਿਹੜਾ ਸੱਜਣ ਕੁਮਾਰ ਦਾ ਮੁਕਦਮਾ ਚੱਲ ਰਿਹਾ ਸੀ ਜਿਹਦੇ ਚੀਤਾ ਮਿੱਤਲ ਸੀਗੀ ਇੱਥੋਂ ਦੀ ਚੀਫ ਐਕਟਿਵ ਚੀਫ ਜਸਟਿਸ, ਉਹਦੀ ਬਦਲੀ ਹੋ ਗਈ, ਉਹ ਜੰਮੂ ਕਸ਼ਮੀਰ ਦੀ ਚੀਫ ਜਸਟਿਸ ਬਣ ਕੇ ਜਾ ਰਹੀ ਹੈ ਜੀ, ਉਹਦੀ ਜਗ੍ਹਾ ਨਵਾਂ ਬੈਂਚ ਕੇਸ ਕੀਤਾ, ਸਪੈਸ਼ਲ ਬੈਂਚ ਬਣਾਇਆ। ਅਸੀਂ ਜਿਹੜੀ ਕੱਲ੍ਹ ਮੁਲਾਕਾਤ ਕੀਤੀ ਸੀ ਹੋਮ ਮਿਨਿਸਟਰ ਨਾਲ ਸੁਖਜੀਤ ਬਾਦਲ ਔਰ ਸਾਡੇ MP ਸੀਗੇ, ਅਸੀਂ ਇਹੀ ਕਹਿ ਚੁੱਕੀ ਹੈ ਕਿ ਫਾਸਟ ਟਰੈਕ ਕੋਰਟ 'ਚ ਨਿਬੜੇ ਚਾਹੀਦੇ ਨੇ ਕੇਸ, ਕੇਸ ਜਿਹੜੇ ਨੇ ਇਹਨਾਂ ਦੀਆਂ 3-3 ਸਾਲ ਚੱਲਦੇ ਰਹਿੰਦੇ ਨੇ, ਹੁਣ ਜਿਵੇਂ ਟਰੈਕਟਰ ਕਾਮਯਾਬ ਹੋ ਗਿਆ ਸੀ ਜਿਹੜੇ ਕੇਸ 'ਚ ਮੈਂ ਉਸਨੂੰ ਦੇ ਰਿਹਾ ਹੈ, ਜੋ ਸਾਡਾ ਇੱਕ ਗਵਾਹ ਹੁੰਦਾ ਸੀਗਾ ਸੁਰਿੰਦਰ ਸਿੰਘ, ਉਸਨੇ ਪਹਿਲੇ ਥੋਪ ਤੇ ਗਵਾਹੀ ਦਿੱਤੀ ਸੀ ਕਿ ਪੁਲ ਬੰਬਸ਼ ਗੁਰਦੁਆਰਾ ਪੁਰਾਣੀ ਦਿੱਲੀ ਤੇ ਕਿੱਥੇ ਇਹਨੇ ਸਿੱਖਾਂ ਦਾ ਕਤਲ ਆਪ ਲੋਕ ਤੇ ਕਰਾਇਆ ਸੀ, ਅਖੀਰ ਕੋਰਟ 'ਚ ਜਾ ਕੇ ਉਹ ਮੁਕਰ ਗਿਆ ਕਿਉਂਕਿ 5 ਕਰੋੜ ਰੁਪਏ ਦਾ ਸੌਦਾ ਹੋਇਆ, ਪੈਸੇ ਦਿੱਤੇ ਲੈ ਗਏ ਨੇ, ਉਹਦੇ ਵੀ ਸਬੂਤ ਅਸੀਂ ਕੋਰਟ ਨੂੰ ਦਿੰਦੇ ਪਏ ਹਾਂ। ਸਿਚੁਏਸ਼ਨ ਇਹ ਹੈ ਕਿ ਫਾਸਟ ਟਰੈਕ ਕੋਰਟ ਹੋਵੇ, ਇੱਕ ਤੇ ਖਰੀਦੋ ਫਰੋਖਤ ਦੀ ਗੱਲ, ਦੂਜੀ ਗੱਲ ਉਮਰ ਦੀ ਗੱਲ ਹੈ ਕਿ
ਸਾਲ ਬਾਅਦ ਉਹ ਲੋਕਾਂ ਨੂੰ ਯਾਦ ਹੈ ਕਿ ਨਹੀਂ ਹੈ ਜੀ, ਦੇ ਦਸ ਦਸ ਵੱਡੇ ਵਕੀਲ ਖੜੇ ਹੁੰਦੇ ਨੇ ਬਹਿਸ ਕਰਦੇ ਨੇ। ਦੂਜੀ ਗੱਲ ਜੇ ਤੁਸੀਂ ਲੜਾਈ ਦੀ ਗੱਲ ਕਰਦੇ ਹੋ, 2009 ਦੇ ਵਿੱਚ ਇਹਨਾਂ ਦੀ ਚਿੱਟਾਂ ਕਿੰਨੇ ਸਕਿੰਗੀਆਂ ਸੀਗੀਆਂ, ਜਿੱਦਣ ਅਸੀਂ ਵਾਪਸ ਆਏ ਹਾਂ ਪੁਰਾਣੀ ਕਮੇਟੀਆਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਸੀ, ਵਿਡੋ ਦੀ ਪੈਨਸ਼ਨ ਹੋਵੇ, ਇਹਨਾਂ ਦੀ ਪੜ੍ਹਾਈ ਦਾ ਖਰਚਾ ਹੋਵੇ, ਬੱਚਿਆਂ ਦੀ। ਅੱਜ ਅਸੀਂ ਤਕਰੀਬਨ 900 ਵਿਡੋਜ਼ ਨੂੰ ਪੈਨਸ਼ਨ ਦਿੰਦੇ ਹਾਂ ਗੁਰਦੁਆਰਾ ਕਮੇਟੀ ਵੱਲੋਂ। ਇੱਥੇ ਜੀ ਅਸੀਂ ਕਾਨਪੁਰ ਔਰ ਰਾਹੁਲ ਜ਼ਿਲ੍ਹਾ ਤੱਕ ਜਿੱਥੇ ਬਦਲਿਆ ਹੋਇਆ ਸੀਗਾ ਉੱਥੇ ਤੱਕ ਦਿੰਦੇ ਹਾਂ। ਜਿੱਥੇ ਤੱਕ ਇਹਨਾਂ ਦੇ ਮੁਕੱਦਮੇ ਲੜਨ ਦੀ ਗੱਲ ਹੈ ਉਹ ਸਾਰੀ ਲੜ ਰਹੇ ਹਾਂ। ਜਿੰਨੇ ਜੇਲ੍ਹਾਂ 'ਚ ਸਿੰਘ ਬੈਠੇ ਨੇ ਉਹਨਾਂ ਦੀ ਪੈਰਵਾਈ ਕਰਦੇ ਪਏ ਹਾਂ, ਸਾਡੇ ਕੋਲ ਕਈ ਆ ਜਾਂਦੇ ਨੇ। ਹੁਣ ਉਹ ਹਾਈ ਜੈਕ ਜਿਹਨਾਂ ਨੇ ਕੀਤਾ ਸੀ ਸਤਨਾਮ 'ਚ, ਉਸ 12-17 ਸਾਲ ਦੀ ਕੈਦ ਭੁਗਤ ਕੇ ਇਹਨਾਂ ਨੂੰ ਦੁਬਾਰਾ ਅੰਦਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਕੇਸ ਲੜਦੇ ਪਏ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਹੈ ਜਾਂ ਫਿਰ ਸਮੁੱਚੇ ਸਿੱਖ ਕੌਮ ਦੀ ਲੜਾਈ ਹੈ? ਸਮੁੱਚੇ ਸਿੱਖ ਕੌਮ ਦੀ ਲੜਾਈ ਹੈ, ਔਰ ਸ਼੍ਰੋਮਣੀ ਅਕਾਲੀ ਦਲ ਨੁਮਾਇੰਦਾ ਜਮਾਤ ਦਾ ਸਿੱਖਾਂ ਦੀ ਵੀ ਲੜ ਰਿਹਾ, ਹੋਰ ਕਿਤੇ ਬੱਚਿਆਂ ਵੀ ਲੜਨੀਆਂ ਪਈਆਂ ਨੇ। ਮੈਂ ਕਿਸੇ ਦਾ ਕ੍ਰੈਡਿਟ ਲੈਣ ਦੀ ਗੱਲ ਨਹੀਂ ਕਰ ਰਿਹਾ, ਮੈਂ ਜੋ ਦੱਸ ਰਿਹਾ ਜੋ ਅਸੀਂ ਕੀਤਾ। 84 ਦੀ ਦੀਵਾਰ ਕਿਹਨੇ ਬਣਾਈ ਹੈ, ਵਾਲ ਆਫ ਟਰੁੱਥ ਕਿਹਨੇ ਬਣਾਈ ਹੈ? ਮੈਂ ਤੇ ਕਹਿ ਰਿਹਾ ਕਿ 100% ਸਾਰੀ ਕੌਮ ਲੜਦੀ ਪਈ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ, ਉਹਦੇ 'ਚ ਆਪਣਾ ਰੋਲ ਪੂਰਾ ਪਲੇ ਕਰ ਰਿਹਾ। ਚਲੋ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਰੱਖੀ। ਸ਼੍ਰੋਮਣੀ ਅਕਾਲੀ ਦਲ ਦੀ ਹੋਰ ਕਿਹੜੀ ਕਿਹੜੀ ਜ਼ਿੰਮੇਵਾਰੀ ਹੈ ਉਹ ਵੀ ਮੈਂ ਤੁਹਾਨੂੰ ਯਾਦ ਕਰਵਾਉਂਦਾ ਰਹਾਂਗਾ, ਲੇਕਿਨ ਅੱਜ ਮੈਂ ਇਸ ਮੁੱਦੇ ਨੂੰ ਇਸ ਮੁਤਲਕ ਰੱਖਿਆ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਸਟੈਂਡ ਹੈਗਾ। ਕਾਫੀ ਸਾਰੇ ਕਾਲਰਸ ਵੀ ਨਵੀਨ ਜੀ ਸਾਨੂੰ ਕਾਲ ਕਰ ਰਹੇ ਨੇ, ਉਹਨਾਂ ਦੇ ਵੀ ਅਸੀਂ ਵਿਚਾਰ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਵਾਲੀਆ ਜੀ ਤੇ ਸ਼ਰਮਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਹਰਦੀਪ ਸਿੰਘ ਅਰੋੜਾ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਅਰੋੜਾ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਵਾਲੀਆ ਜੀ, ਭਾਰਤ ਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਜੀ, ਕਿ ਮੈਜੋਰਿਟੀ ਵੋਟਾਂ ਤੇ ਡਿਪੈਂਡੈਂਟ ਹੈ ਕਿਸੇ ਦੀ ਵੀ ਸਰਕਾਰ। ਉਹੀ ਵੋਟ ਕਾਂਗਰਸ ਨੂੰ ਪੈਂਦਾ, ਉਹੀ ਵੋਟ ਬੀਜੇਪੀ ਨੂੰ ਪੈਂਦਾ, ਤੇ ਮੈਜੋਰਿਟੀ ਦੀ ਵੋਟ ਨੂੰ ਕੋਈ ਨਾਰਾਜ਼ ਨਹੀਂ ਕਰਨਾ ਚਾਹੁੰਦਾ ਜੀ ਜੀ। ਇਸ ਲਈ ਪੋਲੀਟੀਕਲ ਪਾਰਟੀਆਂ ਬਾਇਸ ਨੇ ਜੀ, ਤੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਇਹ ਸੈਂਟਰ ਸਟੇਜ ਦੇ ਉੱਤੇ ਨੌਨ ਐਂਟੀਟੀ ਹੈਗੀ ਹੈ ਸਿੱਖ ਕੌਮ ਜੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਨਾਰਾਜ਼ ਵੀ ਹੋ ਜਾਣ ਜੀ। ਅੱਜ ਤੱਕ ਪਿਆ ਨਹੀਂ, 35-40 ਸਾਲ ਹੋ ਗਏ, ਬਲਕਿ 70-75 ਸਾਲ ਹੋ ਗਏ ਜੀ। ਤੇ ਜਿਹੜੇ 84 ਦੇ ਰਾਇਟਸ ਨਹੀਂ ਜੈਨੋਸਾਈਡ, ਮੈਂ ਕਹਾਂਗਾ ਜੈਨੋਸਾਈਡ ਦੇ ਜਿਹੜੇ ਕਲਪਰੇਟ, ਜਿਹੜੇ ਦੋਸ਼ੀ ਜਿਨ੍ਹਾਂ ਦੇ ਮੁਕੱਦਮਾ ਚੱਲਣਾ ਤੇ ਡੇ ਟੂ ਡੇ ਸੁਣਵਾਈ ਸ਼ੁਰੂ ਹੋਈ ਹੈ ਜੀ, ਉਹਦੇ ਤੇ ਵੀ ਕੁਐਸਚਨ ਮਾਰਕ ਹੈ ਕਿ ਵਟ ਵਿਲ ਬੀ ਦਾ ਵਰਡਿਕਟ ਆਫ ਦਾ ਕੋਰਟ। ਕਰੈਕਟ ਕਰੈਕਟ, ਅਸੀਂ ਸਿਰਫ ਹੀਅਰਿੰਗ ਤੇ ਖੁਸ਼ ਹੋਈ ਜਾਈਏ, ਇਹ ਮਤਲਬ ਕੋਈ ਮੁੱਦਾ ਨਹੀਂ ਹੈ। ਮੁੱਦਾ ਤੇ ਹੈ ਕਿ ਸਜ਼ਾਵਾਂ ਮਿਲਦੀਆਂ ਕਿ ਨਹੀਂ ਮਿਲਦੀਆਂ। ਬਿਲਕੁਲ, ਮਸਲਾ ਇਸ ਗੱਲ ਦਾ ਕਿ ਜਿਹੜਾ ਕੁਐਸਚਨ ਮਾਰਕ ਹੈ ਉਹ ਕੁਐਸਚਨ ਮਾਰਕ ਕਲੀਅਰ ਹੁੰਦਾ ਕਿ ਨਹੀਂ ਹੁੰਦਾ, ਐਕਸਕਲੇਮੇਸ਼ਨ ਸਾਈਨ ਆਉਂਦਾ ਕਿ ਨਹੀਂ ਆਉਂਦਾ, ਉਹ ਤਸਵੀਰ ਸਾਫ਼ ਹੁੰਦੀ ਹੈ ਕਿ ਨਹੀਂ ਹੁੰਦੀ, ਦਿਸ ਇਜ਼ ਅ ਵੈਲਿਡ, ਮੈਨੂੰ ਲੱਗਦਾ ਕਿ ਗੱਲ ਹੈਗੀ ਹੈ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਜੀ ਹਰਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ ਆਪਣੇ ਭਾਈ ਸਾਹਿਬ ਨਵੀਨ ਸ਼ਰਮਾ ਜੀ ਬੈਠੇ ਨੇ ਤੁਹਾਡੇ ਕੋਲ, ਇਹਨਾਂ ਦੀ ਕੀ ਐਕਸਪਰਟੀਜ਼ ਆ ਇਸ ਫੀਲਡ ਦੇ ਵਿੱਚ? ਸੀਨੀਅਰ ਜਰਨਲਿਸਟ ਨੇ ਜੀ ਸਾਡੇ ਨਾਲ ਬੈਠੇ ਨੇ, ਔਰ ਪਿਛਲੇ 25 ਸਾਲਾਂ ਤੋਂ ਪੱਤਰਕਾਰਿਤਾ ਦੇ ਨਾਲ ਜੁੜੇ ਹੋਏ ਨੇ, ਵੱਖ ਵੱਖ ਕਈ ਚੈਨਲਸ ਦੇ ਵਿੱਚ ਐਜ਼ ਐਨ ਐਡੀਟਰ ਕੰਮ ਕਰ ਚੁੱਕੇ ਨੇ, ਔਰ ਕਈ ਬੜੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦੇ ਕੰਸਲਟੈਂਟ ਵੀ ਰਹਿ ਚੁੱਕੇ ਨੇ, ਅਤੇ ਹੁਣ ਸਾਡੀ ਟੀਮ ਦਾ ਹਿੱਸਾ ਨੇ, ਸਾਡੇ ਨਾਲ ਬੈਠੇ ਨੇ ਜੀ। ਓਕੇ ਜੀ, ਅੱਛਾ, ਇਸ ਤਰ੍ਹਾਂ ਵਾ ਵੀ ਤੁਸੀਂ ਕੱਲ੍ਹ ਵੀ ਜਿਹੜਾ ਮੁੱਦਾ ਦਿੱਤਾ ਸੀਗਾ ਜੀ 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 ਜੀ, ਲੰਡਨ ਦੇ ਡੈਕਲੇਰੇਸ਼ਨ ਬਾਰੇ ਜੀ ਜੀ ਜੀ, ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਦੂਸਰੀ ਪਾਰਟੀ ਨੂੰ ਨਾਲ ਦੇ? ਅਸੀਂ ਜੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ, ਇਹਨਾਂ ਨੂੰ ਅਸੀਂ ਕਿਹਾ ਵੀ ਸਕੇ ਤੁਹਾਨੂੰ ਲਵਾਂਗੇ, ਲੇਕਿਨ ਸਾਰੀ ਟੀਮ ਜਿਹੜੀ ਸੀਗੀ ਉਹ ਲੰਡਨ ਦੇ ਵਿੱਚ ਸੀਗੀ, ਕੋਈ ਵੀ ਫੋਨ ਤੇ ਨਹੀਂ ਆਇਆ, ਫੋਨ ਕਰਦੇ ਰਹੇ ਅਸੀਂ ਉਹਨਾਂ ਨੂੰ, ਕਾਲ ਕਰਦੇ ਰਹੇ, ਉਹਨਾਂ ਦੀ ਵੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕੀ ਕਹਿਣਾ ਚਾਹੁੰਦੇ, ਬਲਕਿ ਉਹਨਾਂ ਨੂੰ ਇਨਵੀਟੇਸ਼ਨ ਵੀ ਦਿੱਤਾ ਕਿ ਤੁਹਾਨੂੰ ਕਾਲ ਕਰਾਂਗੇ ਇਸ ਟਾਈਮ, ਲੇਕਿਨ ਉਹ ਫੋਨ ਤੇ ਨਹੀਂ ਆਏ ਜੀ। ਜੀ ਸਭ ਉੱਥੇ 3 ਵਜੇ ਹੁੰਦੇ ਜਦੋਂ ਇੱਥੇ, ਮੈਂ ਉਹੀ ਕਹਿ ਰਿਹਾ ਨਾ ਜੀ, ਤੇ ਇੱਕ ਨੁਮਾਇੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ, ਜਦ ਕੌਮ ਦਾ ਇੰਨਾ ਵੱਡਾ ਮਸਲਾ ਹੈ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਹਮਣੇ ਆ ਸਕਦਾ ਸੀਗਾ, ਅਸੀਂ ਸਾਰਿਆਂ ਨੂੰ, ਈਵਨ ਤੱਕ ਕਿ ਗੁਰਪੰਤਵੰਤ ਸਿੰਘ ਪੰਨੂ ਤੱਕ ਨੂੰ ਅਸੀਂ ਫੋਨ ਕੀਤਾ, ਜਿਹੜੇ ਹੋਰ ਨੁਮਾਇੰਦੇ ਸੀਗੇ ਉਹਨਾਂ ਨੂੰ ਫੋਨ ਕੀਤਾ, ਅਤੇ ਉਹਨਾਂ ਨੂੰ ਪਹਿਲਾਂ ਦੱਸਿਆ ਸੀਗਾ, ਯਾਨੀ ਕਿ ਔਨ ਦਾ ਸਪੋਟ ਫੋਨ ਕੀਤਾ, ਯਾਨੀ ਕਿ ਉਹਨਾਂ ਨੂੰ ਅਸੀਂ ਰਾਤ ਦੇ ਟਾਈਮ ਫੋਨ ਕਰਕੇ ਦੱਸਿਆ ਸੀਗਾ ਕਿ ਤੁਸੀਂ ਆਓ ਔਰ ਆਪਣੀ ਗੱਲ ਸਾਡੇ ਸਾਹਮਣੇ ਰੱਖੋ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਜਾਣੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 84 ਸਾਲ ਹੋ ਗਏ ਜੀ ਜੀ।
ਅੱਜ ਤੱਕ ਕੋਈ ਵਰਡ ਦੇ ਵਿੱਚ 34 ਸਾਲ ਕੇਸ ਲੜਕਦਾ, ਜਦੋਂ ਰਾਜਨੀਤੀ ਆਉਂਦਾ ਰਾਜਨੀਤੀ ਵੋਟਾਂ ਆਉਂਦੀਆਂ ਨੇ ਉਦੋਂ ਕੇਸ ਅਕਾਲੀ ਹੋਏ ਕਾਂਗਰਸ ਹੋਏ ਬੀਜੇਪੀ ਚੁੱਕ ਕੇ ਅੱਗੇ ਰੱਖ ਦਿੰਦੀਆਂ ਨੇ, ਜਦੋਂ ਵੋਟਾਂ ਜਿੱਤ ਕੇ ਦੇ ਮੁੜ ਕੇ ਤੁਸੀਂ ਕਹੋ ਮੈਂ ਕੌਣ, ਕਿਹੜੀ ਜੁਡੀਸ਼ੀਅਰੀ ਦੀ ਗੱਲ ਕਰਦੇ ਹੋ? ਅੱਜ ਨੂੰ ਕੱਲ੍ਹ ਉਹ ਬਰੀ ਕਰ ਦਿੰਦੇ, ਫਿਰ ਕੀ ਬਣਨਾ? ਤੁਹਾਡੇ ਸਾਹਮਣੇ ਸੋਲਿਡ ਐਵੀਡੈਂਸ ਸੀਗੇ ਰਾਹ ਦੇ, ਜੱਜ ਨੇ ਬਰੀ ਕਰਤਾ, ਜਿਹੜੀ ਕਿਹੜੀ ਜੁਡੀਸ਼ੀਅਰੀ ਗੱਲ ਕਰਦੇ ਹੋ? ਇੱਕੋ ਹੀ ਵਾਲੀਆ ਸਾਹਿਬ ਜੱਜ ਜੰਮਿਆ ਜਿਹਨੇ ਸਿਰਸੇ ਸਾਧ ਨੂੰ ਸਜ਼ਾ ਦਿੱਤੀ, ਜਿਹਨੂੰ ਮਾਣਕਰੇ ਜੰਮਿਆ ਸੀ ਉਹਨੇ ਨਿਡਾਰ ਹੋ ਕੇ ਤੁਹਾਡੇ ਸਾਹਮਣੇ ਲਗਾ। ਹੋਰ ਕਈ ਬਟਾਲੀ ਦੀ ਇੱਕ ਤੁਹਾਨੂੰ ਮੈਂ ਦੱਸ ਦਊਂ, ਸਾਡਾ ਸ਼ਹਿਰ ਆ ਉੱਥੋਂ ਦਾ ਇੱਕ ਐਗਜ਼ਾਮਪਲ ਆ, ਉੱਥੇ ਕਤਲ ਹੋਇਆ ਸਿੱਖ ਗਵਾਈਆਂ ਨੂੰ 45-45 ਲੱਖ ਰੁਪਈਏ ਦੇ ਕੇ ਉਹਨਾਂ ਕਿਹਾ ਵਧੀ ਹੋ ਜਾਣਾ। ਜਦੋਂ ਜੱਜ ਨੇ ਕੋਈ ਕੁਐਸਚਨ ਭਾਈ ਕਤਲ ਹੋਇਆ ਕਿ ਨਹੀਂ, ਹਜੇ ਹੋਇਆ ਤੇ 20-20 ਸਾਲ ਸਜ਼ਾ ਬਣਦੀ। ਪਰ ਇਹਦਾ ਬੜੇ ਘੱਟ ਜੁਡੀਸ਼ੀਅਰ ਜੱਜ 5-5 ਕਿਲੋ ਦੁੱਧ ਤੇ ਵਿਕਣ ਦੇ ਕਿਹੜੀਆਂ ਗੱਲਾਂ ਕਰਦੇ? ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ। ਇੱਕ ਨਿੱਕੇ ਜਿਹੇ ਵਕਫੇ ਰੁਕ ਰਹੇ ਹਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਬਹੁਤ ਸਾਰੀ ਕਾਲਸ ਆ ਰਹੀ ਹੈ, ਮੈਂ ਕਿਊ ਦੇ ਵਿੱਚ ਪਾਈਆਂ ਹੋਈਆਂ, ਲੇਕਿਨ ਲਵਾਂਗਾ ਤੁਹਾਡੀ ਕਾਲਸ ਇਸ ਬ੍ਰੇਕ ਤੋਂ ਬਾਅਦ।